ਦੋਸਤੋ ਅੱਜ ਮੈਂ ਕਹਾਣੀ ਪੜਨ ਜਾ ਰਿਹਾ ਜਾਂਦੀ ਵਾਰ ਦੀਆਂ ਹਾਕਾਂ ਜੋ ਬਲਦੇਵ ਸਿੰਘ ਦੀ ਲਿਖੀ ਹੋਈ ਹੈ ਅਤੇ ਕਿਤਾਬ ਲਾਹੌਰ ਕਿੰਨੀ ਦੂਰ ਵਿੱਚ ਦਰਜ ਹੈ ਜਦੋਂ ਮੈਂ ਚਿਹਰੇ ਨੂੰ ਡਾਢਾ ਸੋਗੀ ਦਿਖਾਉਣ ਦਾ ਯਤਨ ਕਰਦਾ ਦਰਿਆ ਉੱਪਰ ਬੈਠੇ ਉਦਾਸ ਲੋਕਾਂ ਦੀ ਭੀੜ ਨੂੰ ਹੱਥ ਜੋੜ ਕੇ ਫਤਿਹ ਬੁਲਾਉਂਦਾ ਸੰਕੋਚ ਜਿਹੇ ਨਾਲ ਉਹਨਾਂ ਵਿੱਚ ਜੋ ਸ਼ਾਮਲ ਹੋਇਆ ਤਾਂ ਦੇਖਿਆ ਅਜੇ ਤੱਕ ਭਗਵਾਨ ਕੌਰ ਦੀ ਮ੍ਰਿਤਕ ਦੇ ਬਾਹਰ ਵਿੜੇ ਮੰਜੇ ਵਿੱਚ ਰੱਖੀ ਹੋਈ ਸੀ। ਹਮੇਸ਼ਾ ਤੇ ਗਰਮੀ ਕਾਰਨ ਲਾਸ਼ ਖਰਾਬ ਹੋਣ ਦੇ ਬਚਾ ਲਈ ਉਹਦੇ ਇਰਦ-ਗਿਰਦ ਬਰਫ਼ ਦੇ ਛੋਟੇ ਵੱਡੇ ਟੁਕੜੇ ਰੱਖੇ ਹੋਏ ਸਨ। ਬਰਫ਼ ਪਿਘਲ ਕੇ ਮੰਜੇ ਦੇ ਹੇਠਾਂ ਅਤੇ ਆਸ-ਪਾਸ ਬੇੜਾ ਕੱਚਾ ਹੋਣ ਕਾਰਨ ਚਿੱਕੜ ਬਣ ਗਿਆ ਹੋਇਆ ਸੀ। ਚਾਰ-ਪੰਜ ਔਰਤਾਂ ਜਾਂ ਸ਼ਾਇਦ ਕੁੜੀਆਂ ਸਨ। ਟਕੇ ਹੋਏ ਮੂੰਹਾਂ ਕਾਰਨ ਪਤਾ ਨਹੀਂ ਸੀ ਲੱਗ ਰਿਹਾ ਮੰਜੇ ਦੀਆਂ ਬਾਹਾਂ ਤੇ ਸਿਰ ਰੱਖੀ ਰੋ ਰਹੀਆਂ ਸਨ ਥੋੜਾ ਹਟ ਕੇ ਬੈਠੀ ਔਰਤ ਦੀ ਭੀੜ ਵਿੱਚੋਂ ਕੋਈ ਲੰਮੇ ਵੇਣ ਪਾ ਰਹੀ ਸੀ ਐਸੋਗੀ ਮਾਹੌਲ ਦੇ ਨਾਲ-ਨਾਲ ਗਰਮੀ ਅੰਤਾਂ ਦੀ ਸੀ ਪਰਿੰਦੇ ਵੀ ਮੂੰਹ ਖੋਲੀ ਜੀਭਾਂ ਕੱਢੀ ਛਾਂ ਦੀ ਓਟ ਲੱਭਦੇ ਫਿਰਦੇ ਸਨ ਅਫਸੋਸ ਕਰਨ ਆਏ ਬੈਠੇ ਬੰਦਿਆਂ ਨੂੰ ਘੜੀ-ਮੂੜੀ ਠੰਡਾ ਪਾਣੀ ਪਿਆਇਆ ਜਾ ਰਿਹਾ ਸੀ। ਭਗਵਾਨ ਕੌਰ ਦਾ ਘਰ ਵਾਲਾ ਬੋੜ ਸਿੰਘ ਇੱਕ ਨੁੱਕਰ ਵਿੱਚ ਸਿਰ ਤੇ ਪੀਲਾ ਪਟਕਾ ਨਪੇਟੀ ਬੈਠਾ ਸੀ। ਉਸ ਦੇ ਇਰਦ-ਗਿਰਦ ਪਿੰਡ ਦੇ ਸਿਆਣੇ ਬੰਦੇ ਅਤੇ ਨੇੜੇ ਦੇ ਰਿਸ਼ਤੇਦਾਰ ਬੈਠੇ ਸਨ। ਬੋੜ ਸਿੰਘ ਭਗਵਾਨ ਕੌਰ ਦੀਆਂ ਪੁਰਾਣੀਆਂ ਗੱਲਾਂ ਅਤੇ ਅੰਤਮ ਘੜੀਆਂ ਵੇਲੇ ਦਾ ਹਾਲ ਦੱਸਦਾ। ਵਿੱਚ-ਵਿੱਚ ਭਰ ਆਈਆਂ ਅੱਖਾਂ ਪੂੰਝਣ ਲੱਗਦਾ ਸੀ। ਮੇਰੇ ਲਾਗੇ ਬੋੜ ਸਿੰਘ ਦਾ ਵੱਡਾ ਮੁੰਡਾ ਗੁਰਚੇਤਨ ਬੈਠਾ ਸੀ ਹੁਣ ਉਹ ਪਿੰਡ ਦਾ ਸਰਪੰਚ ਸੀ ਮੈਂ ਬੈਠਾ ਬੈਠਾ ਹੀ ਖਿਸਕ ਕੇ ਉਸ ਦੇ ਹੋਰ ਨੇੜੇ ਹੋ ਗਿਆ ਤੇ ਸਿਸ਼ਟਾਚਾਰ ਵਜੋਂ ਹੌਲੀ ਜਹੀ ਪੁੱਛਿਆ ਕੀ ਗੱਲ ਹੋ ਗਈ ਸੀ ਤਾਈ ਨੂੰ ਚੰਗੀ ਭਲੀ ਸੀ ਦੋਕ ਦਿਨ ਬੁਖਾਰ ਚੜਿਆ ਪਰਸੋਂ ਜ਼ਿਆਦਾ ਢਿੱਲੀ ਹੋ ਗਈ ਕੱਲ ਡਾਕਟਰ ਦੇ ਲੈ ਕੇ ਗਏ ਸ਼ਹਿਰ ਡਾਕਟਰ ਆਂਦਾ ਬੁਖਾਰ ਦਿਮਾਗ ਨੂੰ ਚੜ ਗਿਆ ਖਤਰੇ ਵਾਲੀ ਕੋਈ ਗੱਲ ਨਹੀਂ ਹੈ ਉਹਦੀ ਦਵਾਈ ਵੀ ਅਜੇ ਅੱਧੀ ਪਈ ਹੈ ਅੱਜ ਸਵੇਰੇ ਪੂਰੀ ਹੋਗੀ ਪਹਿਲਾਂ ਵੀ ਕਦੇ ਐਂ ਬੁਖਾਰ ਚੜਿਆ ਸੀ ਮੈਂ ਪੁੱਛਿਆ ਨਾ ਜਮਾ ਹੀ ਨਹੀਂ ਕਦੇ ਸਰਵੀ ਨਹੀਂ ਸੀ ਦੁਖਿਆ ਉਸਨੇ ਮਾਣ ਨਾਲ ਦੱਸਿਆ ਕਿੰਨੀ ਕੁ ਉਮਰ ਸੀ ਉਮਰ ਤਾਂ ਹੋਊਗੀ ਉਹ ਉੱਪਰ ਨੂੰ ਮੂੰਹ ਕਰਕੇ ਸੋਚਣ ਲੱਗਾ ਫੇਰ ਇਕਦਮ ਭੋਲਿਆ 70 ਕ ਸਾਲ ਦੀ ਸੀ ਫੇਰ ਤਾਂ ਕਾਦੀ ਉਮਰ ਸੀ ਪਹਿਲਾਂ ਦੇ ਲੋਕ ਤਾਂ 90 90 ਸਾਲਾਂ ਦੇ ਚੰਗੇ ਭਲੇ ਤੁਰੇ ਫਿਰਦੇ ਐ ਮੈਂ ਹਮਦਰਦੀ ਨਾਲ ਕਿਹਾ ਇਹੀ ਤਾਂ ਪਤਾ ਨਹੀਂ ਲੱਗਿਆ ਸਾਨੂੰ ਕਦੇ ਬਿਮਾਰ ਹੋਇਓ ਨਹੀਂ ਸੀ ਨਾ ਕਦੇ ਤਾਪ ਚੜ੍ਹਿਆ ਦੇਖਿਆ ਨਾ ਕਦੇ ਖੰਗ ਆਉਣੀ ਸੁਣੀ ਜੇ ਕੁਝ ਦੁੱਖ ਦਾ ਵੀ ਹੋਊ ਤਾਂ ਸਾਨੂੰ ਕਦੇ ਦੱਸਿਆ ਨਹੀਂ ਸੀ ਉਹਨੇ ਅਸੀਂ ਤਾਂ ਆਪਣੀ ਸੁਰਤ ਚ ਬੇਬੇ ਨੂੰ ਕਦੇ ਦਿਨੇ ਮੰਜੇ ਤੇ ਪਏ ਨਹੀਂ ਵੇਖਿਆ ਸੀ ਹੁਣ ਬਿਮਾਰ ਹੋਈ ਤਾਂ ਦਿਨਾਂ ਚੀ ਸਾਚੀ ਨਹੀਂ ਆਉਂਦਾ ਨਾ ਕੋਈ ਰਿਸ਼ਤੇਦਾਰ ਮੰਨਦਾ ਨਾ ਕੋਈ ਆਂਡ ਗਵਾਂਡ ਮੰਨਦਾ ਜੀਨੂੰ ਵੀ ਟੈਲੀਫੋਨ ਕਰੀਦਾ ਉਹਦੇ ਪੈਰ ਨਿਕਲ ਜਾਂਦੇ ਆਂਖ ਦੇ ਗੁਰਚੇਤਨ ਦਾ ਗਲਾ ਭਾਰੀ ਹੋ ਗਿਆ ਬੇੜੇ ਵਿੱਚ ਧੀਮੀਆਂ ਉਵੇਂ ਹੀ ਰੁਕ ਰੁਕ ਕੇ ਰੋ ਰਹੀਆਂ ਸਨ ਅੱਖਾਂ ਪੂੰਝਣ ਲੱਗਦੀਆਂ ਉਹ ਮੁੜਕਾ ਵੀ ਪੂੰਝ ਲੈਂਦੀਆਂ ਇੱਕ ਦੂਜੀ ਵੱਲ ਤੱਕ ਲੈਂਦੀਆਂ ਪਛਾਣ ਵੀ ਕਰਦੀਆਂ ਕਿਹੜੇ ਗਵੰਡੋਂ ਕਿਸ ਦੀ ਨੂੰਹ ਜਾਂ ਸੱਸ ਆਈ ਐ ਕਿਹੜੀ ਕਾਲੀ ਵਿੱਚ ਰੰਗਦਾਰ ਚੁੰਨੀ ਲੈ ਕੇ ਆ ਗਈ ਐ ਉਸ ਨੂੰ ਨੱਕ ਵੱਲ ਕੱਢ ਦਿਆਂ ਆਪਣੇ ਪਾਏ ਗਹਿਣੇ ਗੱਟੇ ਵੀ ਵਿਖਾਈ ਜਾਂਦੀਆਂ ਬੰਦਿਆਂ ਦੇ ਇਕੱਠ ਵਿੱਚ ਤੀਵੀਆਂ ਬਾਗ ਰੋਲਾ ਤਾਂ ਨਹੀਂ ਸੀ ਪੈ ਰਹਾ ਪਰ ਗੱਲਾਂ ਤਾਂ ਇੱਥੇ ਵੀ ਹੋ ਰਹੀਆਂ ਸਨ ਬਜ਼ੁਰਗ ਆਪਣੇ ਢੰਗ ਨਾਲ ਮੌਤ ਤੇ ਜ਼ਿੰਦਗੀ ਬਾਰੇ ਵਚਨ ਬਿਲਾਸ ਕਰ ਰਹੇ ਸਨ ਇੱਕ ਬਜ਼ੁਰਗ ਝੂਰ ਰਿਹਾ ਸੀ ਐਵੇਂ ਬੰਦਾ ਮੇਰੀ ਮੇਰੀ ਕਰੀ ਜਾਂਦਾ ਖਾ ਪੀ ਜਾਂਦਾ ਕਲ ਪੀ ਜਾਂਦਾ ਅੱਜ ਇੱਥੇ ਆ ਕੇ ਸਭ ਮੇਰਾ ਮੁੱਕ ਜਾਂਦੀਆਂ ਦੇਖ ਲਓ ਐਡੇ ਆਰ ਪਰਵਾਰ ਵਾਲੀ ਜੱਥੇਦਾਰ ਨਹੀਂ ਆ ਲਾਈ ਪਈ ਐ ਬਰਫਜ ਬਸ ਸਿਵਿਆਂ ਤਾਈਂ ਜਾਂਦੇ ਜਾਂਦੇ ਲੋਕ ਯਾਦ ਰੱਖਦੇ ਹੈ ਭਈ ਅਸੀਂ ਵੀ ਉੜਕ ਇੱਥੇ ਹੀ ਆਉਣਾ ਮੁੜਦੇ ਫੇਰ ਭੁੱਲ ਜਾਂਦੇ ਐ ਲੈ ਤੇਰੇ ਦੀ ਹਟ ਤੇਰੇ ਦੀ ਅਧਿਆਪਕ ਵਰਗ ਆਪਣੀਆਂ ਗੱਲਾਂ ਕਰ ਰਿਹਾ ਸੀ ਇੱਕ ਸਿਆਸੀ ਕਿਸਮ ਦਾ ਬੰਦਾ ਸਰਕਾਰ ਦੀਆਂ ناکਾਮੀਆਂ ਸੁਣਾ ਰਿਹਾ ਸੀ ਉਹ ਘੜੀ ਮੁੜੀ ਇੱਕੋ ਗੱਲ ਤੇ ਮੋੜਾਉਂਦਾ ਸੀ ਸਰਕਾਰ ਦੀਆਂ ਪਾਲਿਸੀਆਂ ਨੇ ਤਾਂ ਜੱਟ ਨੂੰ ਮੰਗਤਾ ਬਣਾ ਕੇ ਛੱਡਣਾ ਜਦੋਂ ਵੀ ਕੋਈ ਦੂਰੋਂ ਨੇੜੇ ਰਿਸ਼ਤੇਦਾਰ ਆਉਂਦਾ ਬੰਦਾ ਉਦਾਸ ਜਿਹਾ ਦਿਸਦਾ ਸਲੀਕੇ ਨਾਲ ਬੰਦਿਆਂ ਵਿੱਚ ਆ ਬੈਠਦਾ ਤੀਮੀ ਜਾਂ ਤਾਂ ਬਾਹਰੋਂ ਹੀ ਜਾਂ ਫਿਰ ਵਿਹੜੇ ਵਿੱਚ ਵੜਦੀ ਹੀ ਧਾ ਮਾਰਦੀ ਪੱਟਾਂ ਤੇ ਹੱਥ ਮਾਰ ਕੇ ਪਿੱਟਦੀ ਤੇ ਆ ਕੇ ਬਰਫ ਨਾਲ ਟਕੀ ਹੋਈ ਭਗਵਾਨ ਕੌਰ ਦੀ ਦੇਹ ਨਾਲ ਚਿੰਬੜਨ ਦਾ ਯਤਨ ਕਰਦੀ। ਚੁੱਪ ਕੀਤੀਆਂ ਔਰਤਾਂ ਫਿਰ ਰੋਣ ਲੱਗਦੀਆਂ। ਕੋਈ ਜਾਣੀ ਬਾਹਰੋਂ ਆਈ ਰੋਣ ਵਾਲੀ ਨੂੰ ਭਗਵਾਨ ਕੌਰ ਦੀ লাশ ਉੱਪਰ ਡਿੱਗਣੋਂ ਰੋਕਦੀ। ਜਿੰਨਾ ਉਸ ਨੂੰ ਵਰਜਿਆ ਜਾਂਦਾ ਉਹ ਓਨਾ ਹੀ ਬੂ ਪਾਰਿਆ ਕਰਦੀ। ਸਵੇਰ ਤੋਂ ਹੀ ਇਹ ਸਿਲਸਿਲਾ ਜਾਰੀ ਸੀ। ਰੋਣ ਵਾਲੀਆਂ ਟੀਮੀਆਂ ਵਿੱਚ ਆਪਣਾ ਹੇਜ ਜਿਤਾਉਂਦੀਆਂ ਆਖਦੀਆਂ। ਮੈਂ ਵੀ ਤੇਰੇ ਨਾਲ ਹੀ ਕਿਉਂ ਨਾ ਮਰ ਗਈ ਨੀ ਮਾਂ ਮੈਨੂੰ ਵੀ ਆਪਣੇ ਨਾਲ ਹੀ ਲੈ ਜਾ ਨੀ ਮੇਰੀ ਅੰਬੜੀਏ ਉੱਠ ਕੇ ਇੱਕ ਵਾਰੀ ਤਾਂ ਬੋਲ ਨੀ ਬਹੁਤੀਆਂ ਮੇਹਰਾਂ ਵਾਲੀਏ ਉਹ ਅੰਦਰੋਂ ਹੀ ਵੇੜੇ ਵੱਲੋਂ ਇੱਕ ਔਰਤ ਭੱਜੀ ਆਈ ਉਸਨੇ ਗੁਰਚੇਤਨ ਤੋਂ ਛੋਟੇ ਹਰਮੀਤ ਨੂੰ ਕਬਰਾਈ ਹੋਈ ਆਵਾਜ਼ ਮਾਰੀ ਵੇ ਪੁੱਤਾ ਜਾਈ ਵੇ ਭੱਜ ਕੇ ਲਾਲਚੰਦ ਨੂੰ ਸੱਦ ਲਿਆ ਛੋਟੀ ਬਹੂ ਨੂੰ ਦੰਦਲ ਪੈ ਗਈ ਉਨੀ ਪੈਰੀ ਹਰਮੀਤ ਸਕੂਟਰ ਚੱਕ ਕੇ ਲਾਲ ਚੰਦ ਹਕੀਮ ਨੂੰ ਲੈਣ ਤੁਰ ਗਿਆ ਔਰਤ ਫਿਰ ਵੇੜੇ ਵਿੱਚ ਭੱਜ ਆਈ ਕਿੰਨੇ ਕੁ ਵਜੇ ਦਾ ਟਾਈਮ ਰੱਖਿਆ ਸੰਸਕਾਰ ਦਾ ਮੈਂ ਸਰਸਰੀ ਗੁਰਚੇਤਨ ਨੂੰ ਪੁੱਛਿਆ ਦੋ ਕੁ ਰਿਸ਼ਤੇਦਾਰਾਂ ਨੂੰ ਉਡੀਕਦੇ ਆ ਅਜੇ ਹਰਮੀਤ ਦੇ ਸਹੁਰੇ ਨਹੀਂ ਪਹੁੰਚੇ ਤੇ ਵਿਚਕਾਰ ਲਈ ਕੁੜੀ ਨਹੀਂ ਆਈ ਡੇਢ ਦੋ ਤਾਂ ਵੱਜ ਹੀ ਜਾਣਗੇ ਆਰ ਪਰਿਵਾਰ ਸੁਖ ਨਾਲ ਬਹੁਤ ਵੱਡਾ ਸੀ ਭਗਵਾਨ ਕੌਰ ਦੀਆਂ ਤਿੰਨ ਲੜਕੀਆਂ ਅਤੇ ਤਿੰਨ ਲੜਕੇ ਸਨ ਸਾਰੇ ਹੀ ਵਿਆਹੇ ਹੋਏ ਕੁੜੀਆਂ ਵੀ ਤੇ ਮੁੰਡੇ ਵੀ ਖਾਂਦੇ ਪੀਂਦੇ ਘਰਾਂ ਵਿੱਚ ਕੋਈ ਪੁਲਿਸ ਵਿੱਚ ਅਫਸਰ ਸੀ ਕੋਈ ਫੌਜ ਵਿੱਚ ਕੜਮੱਤੇ ਅਤੇ ਹੋਰ ਰਿਸ਼ਤੇਦਾਰਾਂ ਨੇ ਪੂਰੀ ਚੜ੍ਹਾਈ ਅਤੇ ਜਲੌਣ ਨਾਲ ਆਉਣਾ ਸੀ ਹੋਰ ਨਾਂ ਦਾ ਤਾਂ ਸਰ ਜਾਂਦਾ ਹੈ ਪਰ ਨੂਹਾਂ ਤੇ ਪੇਕਿਆਂ ਅਤੇ ਮੁੰਡਿਆਂ ਦੇ ਸਹੁਰਿਆਂ ਤੋਂ ਆਉਣ ਵਾਲਿਆਂ ਨੂੰ ਤਾਂ ਉਡੀਕਣਾ ਹੀ ਪੈਣਾ ਸੀ ਫੇਰ ساری ਉਮਰ ਦਾ ਮੀਣਾ ਨਮੋਸ਼ੀ ਉਡੀਕ ਹੀ ਲੈਣਾ ਚਾਹੀਦਾ ਭਾਈ ਇੱਕ ਸਿਆਣੀ ਉਮਰ ਦਾ ਬਜ਼ੁਰਗ ਭਾਵੇਂ ਵਧ ਰਹੀ ਗਰਮੀ ਤੋਂ ਚਿੰਤਤ ਸੀ ਫਿਰ ਵੀ ਉਹ ਦੂਸਰਿਆਂ ਨੂੰ ਸਮਝਾ ਰਿਹਾ ਸੀ ਏ ਕੜਮੱਤੇ ਦੇ ਰਸਤੇ ਤੇ ਹੰਡ ਦੇ ਤਾਂ ਭਾਈ ساری ਉਮਰ ਨੇ ਭਾਵੇਂ ਪਰ ਇਹ ਤਾਣੀ ਦੀ ਕੱਚੀ ਤੰਦ ਵਰਗੇ ਹੁੰਦੇ ਨੇ ਜੇ ਕਿਤੇ ਗੰਢ ਪੈ ਜਾਏ ਤੋੜ ਕੇ ਹੀ ਗੰਢਣੀ ਪੈਂਦੀ ਐ ਗੰਢ ਨਹੀਂ ਖੁੱਲਦੀ ਕੋਈ ਨਾ ਹੋਰ ਬੰਦ ਝਟ ਨੂੰ ਆ ਜਾਣਗੇ ਸਾਰੇ ਇਹੋ ਜੇ ਮੌਕੇ ਤਾਂ ਭਾਈ ਬਹੁਤ ਖਿਆਲ ਰੱਖਣਾ ਪੈਂਦਾ ਹੈ ਵਿਆਹ ਸਾਰੇ ਤਾਂ ਸਰ ਜਾਂਦਾ ਹੈ ਨਾਲੇ ਘਰਾਂ ਚੋਂ ਇੱਕਦਮ ਨਿਕਲਣਾ ਕਿਹੜਾ ਸੌਖਾ ਹੁੰਦਾ ਹੈ ਸੌ ਕਾਰ ਵਿਹਾਰ ਸੌ ਵਿਚਾਰਾ ਸੌ ਰੱਖਾਂ ਮੇਰਾ ਬਹੁਤਾ ਮੇਲ ਜੋੜ ਤਾਂ ਗੁਰਚੇਤਨ ਨਾਲ ਹੀ ਸੀ ਦਸਵੀਂ ਤੱਕ ਅਸੀਂ ਇਕੱਠੇ ਹੀ ਪੜੇ ਸਾਂ ਫੇਰ ਉਹ ਖੇਤੀ ਦੇ ਕੰਮਾਂ ਵਿੱਚ ਪੈ ਗਿਆ ਦੂਏ ਤੀਏ ਦਿਨ ਆਉਂਦੇ ਜਾਂਦੇ ਅਸੀਂ ਫਿਰ ਵੀ ਇੱਕ ਦੂਜੇ ਨੂੰ ਮਿਲੀ ਪੈਂਦੇ ਸਾਂ ਰਸਮੀ ਦੁਆ ਸਲਾਮ ਹੁੰਦੀ ਰਹਿੰਦੀ ਸੀ ਉਂਝ ਉਹਨਾਂ ਦੇ ਘਰ ਮੈਂ ਬਹੁਤਾ ਕਦੇ ਨਹੀਂ ਸੀ ਗਿਆ ਲੋੜ ਹੀ ਨਹੀਂ ਸੀ ਪੈਂਦੀ ਭਗਵਾਨ ਕੌਰ ਪਿੰਡ ਦੇ ਸਬੰਧਾਂ ਅਨੁਸਾਰ ਮੇਰੀ ਤਾਈ ਲੱਗਦੀ ਸੀ ਦੋ ਤਿੰਨ ਵਾਰੀ ਮੈਂ ਤਾਈ ਨਾਲ ਗੱਲਾਂ ਕੀਤੀਆਂ ਹੋਣਗੀਆਂ ਤਾਈ ਭਗਵਾਨ ਕੌਰ ਦੀ ਸਿਹਤ ਵੇਖ ਕੇ ਲੱਗਦਾ ਹੀ ਨਹੀਂ ਸੀ ਉਹ 17 ਸਾਲਾਂ ਦੀ ਹੋਵੇਗੀ ਕਦ ਲੰਮਾ ਸੀ ਦੇਹ ਪਰਮੀ ਭਾਰੀ ਨਹੀਂ ਸੀ ਰੰਗ ਗੋਰਾ ਅੱਖਾਂ ਮੋਟੀਆਂ ਚਿਹਰੇ ਉੱਪਰ ਇੱਕ ਵੀ ਝੁਰੜੀ ਨਹੀਂ ਸੀ ਕੰਨਾਂ ਵਿੱਚ ਸੋਨੇ ਦੀਆਂ ਭਾਰੀਆਂ ਡੰਡੀਆਂ ਗਲ ਵਿੱਚ ਪੈਂਡਲ ਪਾਇਆ ਹੁੰਦਾ ਹੱਥਾਂ ਵਿੱਚ ਸੋਨੇ ਦੀਆਂ ਬੰਗਾਂ ਉਸ ਦੇ ਸਾਹਮਣੇ ਗੁਰਚੇਤੋਂ ਦੇ ਪਿਓ ਬੋੜ ਸਿੰਘ ਦਾ ਕੋਈ ਮੁਕਾਬਲਾ ਨਹੀਂ ਸੀ ਉਸ ਦਾ ਕੱਦ ਭਗਵਾਨ ਕੌਰ ਨਾਲੋਂ 4 ਉਂਗਲਾਂ ਸੌਟਾਈ ਸੀ ਰੰਗ ਪੱਕਾ ਸੀ ਨੈਣ ਨਕਸ਼ਬੀ ਬੁੱਤਾਂ ਸਾੜਨ ਵਾਲੇ ਹੀ ਸਨ ਦਾੜੀ ਖੋਦੀ ਸੀ ਪਿਛਲੇ ਕੁਝ ਵਰਿਆਂ ਤੋਂ ਉਸ ਦੀ ਗੋਗੜ ਵੀ ਵੱਧ ਗਈ ਸੀ। ਉਹ ਪਿੰਡ ਵਿੱਚ ਉਹ ਹੁਣ ਪਤਵੰਤੇ ਨਗਰ ਨਿਵਾਸੀਆਂ ਵਿੱਚ ਸ਼ਾਮਲ ਸੀ। ਮੈਨੂੰ ਕਈ ਵਾਰ ਹੈਰਾਨੀ ਹੁੰਦੀ ਭਗਵਾਨ ਕੌਰ ਦੇ ਮਾਪਿਆਂ ਨੇ ਬੋਰ ਸਿੰਘ ਨੂੰ ਪਸੰਦ ਕਿਵੇਂ ਕਰ ਲਿਆ? ਇਹ ਕਿਸੇ ਵੀ ਪੱਖ ਤੋਂ ਉਹਦੇ ਮੇਜ਼ 'ਚ ਨਹੀਂ ਸੀ। ਹਾਂ, ਕਦੇ-ਕਦੇ ਸੋਚਦਾ ਸਾਂ, ਸ਼ਾਇਦ ਬੋਰ ਦੇ ਹਿੱਸੇ ਆਉਂਦੇ ਕਿੱਲਿਆਂ ਨੂੰ ਸਾਖ ਹੋ ਗਿਆ ਹੋਵੇ। ਜੱਟ ਦਾ ਇਕੱਲਾ ਪੁੱਤ ਸੀ, ਨਾ ਕੋਈ ਭੈਣ, ਨਾ ਕੋਈ ਭਰਾ। ਬੱਜੀ ਦੀ ਬੱਜੀ ਢੇਰੀ ਉਹਦੀ ਝੋਲੀ ਆਣ ਪਈ। ਇਹੋ ਜੇ ਥਾਈ ਕੁੜੀਆਂ ਦੀ ਪਸੰਦਗੀ ਨੇ ਪੁੱਛੀ ਹੋਊ। ਗਊ ਨੂੰ ਜਦੋਂ ਕੋਈ ਖਰੀਦ ਕੇ ਉਹਦਾ ਰੱਸਾ ਫੜ ਕੇ ਖਿੱਚਦਾ ਹੈ ਤਾਂ ਘਰ ਵਾਲੇ ਗਊ ਦੇ ਮਨ ਦੀ ਬੇਦਨਾ ਕਿੱਥੇ ਸਮਝਦੇ ਹਨ? ਉਹ ਕੋਣ ਮੋੜ ਪਿਛਾਂ ਦੇਖਦੀ ਹੈ। ਅੱਖਾਂ ਵੀ ਭਰਦੀਆਂ ਹਨ, ਰੰਬਦੀ ਵੀ ਹੈ। ਖਰੀਦਦਾਰ ਦੋ ਹੁੰਝ ਕੇ ਮਾਰਦਾ ਹੈ, ਧੂਕੇ ਲੈ ਜਾਂਦਾ ਹੈ। ਕੀ ਪਤਾ ਇਵੇਂ ਹੀ ਹੋਈ ਹੋਏਗੀ ਭਗਵਾਨ ਘਰ ਨਾਲ। ਜੋ ਵੀ ਸੀ ਹੁਣ ਤਾਂ ਉਹ ਵੱਡੀ ਲਾਣੇਦਾਰ ਨਹੀਂ ਸੀ ਗੁਰਚੇਤਨ ਅਤੇ ਦੋ ਕੁੜੀਆਂ ਇਨ ਬੈਨ ਭਗਵਾਨ ਕੌਰ ਤੇ ਗਈਆਂ ਸਨ ਉਹੋ ਜਿਹਾ ਰੰਗ ਰੂਪ ਉਹੋ ਜਿਹੇ ਨੈਣ ਨਕਸ ਦੂਸਰੇ ਬੱਚੇ ਬੋੜ ਸਿੰਘ ਤੇ ਸਨ ਜਿਹੜੇ ਨਹੀਂ ਸਨ ਜਾਣਦੇ ਉਹ ਇਹਨਾਂ ਨੂੰ ਦੋ ਪਰਿਵਾਰਾਂ ਦੇ ਬੱਚੇ ਸਮਝਣ ਦਾ ਪੁਲੇਖਾ ਖਾ ਜਾਂਦੇ ਸਨ ਅਚਾਨਕ ਉੱਚਾ ਰੋਣ ਦੀ ਆਵਾਜ਼ ਨਾਲ ਮੇਰਾ ਧਿਆਨ ਭੰਗ ਹੋ ਗਿਆ ਬਾਹਰ ਸੂਮੋ ਗੱਡੀ ਆ ਕੇ ਰੁਕੀ ਸੀ ਸ਼ਾਇਦ ਵਿੱਚਕਾਰਲੀ ਕੁੜੀ ਉਹਦੇ ਸੱਸ ਸਹੁਰਾ ਤੇ ਹੋਰ ਰਿਸ਼ਤੇਦਾਰ ਆਏ ਸਨ ਗੁਰਚੇਤਨ ਨੇ ਔਲ ਕੇ ਰੋਂਦੀ ਭੈਣ ਨੂੰ ਗਲ ਨਾਲ ਲਾਇਆ ਕੁਝ ਦੇਰ ਉਹ ਭਰਾ ਦੇ ਗਲ ਲਾ ਕੇ ਰੋਂਦੀ ਰਹੀ ਫਿਰ ਕੀਰਨੇ ਪੌਂਦੀ ਅੰਦਰ ਲੰਘ ਕੇ ਬੇਬੇ ਦੇ ਮੰਜੇ ਦੀ ਬਾਹੀ ਨਾਲ ਸਿਰ ਮਾਰਨ ਲੱਗੀ ਵਿੜੇ ਵਿੱਚ ਬੈਠੀਆਂ ਔਰਤਾਂ ਦਾ ਰੁਕਿਆ ਰੋਣ ਫਿਰ ਹਲੋ ਉਠਿਆ ਉਦੋਂ ਹੀ ਟੀਮੀਆਂ ਦੇ ਰੋਂਦੇ ਝੁੰਡ ਵਿੱਚੋਂ ਮੇਰੀ ਭੂਆ ਦਇਆ ਕੌਰ ਉੱਠੀ ਤੇ ਅੱਖਾਂ ਪੁੰਝਦੀ ਹੌਲੀ ਹੌਲੀ ਤੁਰੀ ਆਉਂਦੀ ਨੇ ਮੈਨੂੰ ਇਸ਼ਾਰੇ ਨਾਲ ਦੱਸਿਆ ਜਦੋਂ ਮੈਂ ਉਸ ਦੇ ਕੋਲ ਆਇਆ ਤਾਂ ਭੂਆ ਦੇ ਸੁਲਾਬੇ ਬੋਲ ਸੁਣੇ ਪੁੱਤ ਮੈਥੋਂ ਤੁਰਿਆ ਨਹੀਂ ਜਾਂਦਾ ਜਦੋਂ ਤੂੰ ਜਾਣਾ ਹੋਇਆ ਮੈਨੂੰ ਸਵੇਰਾਂ ਤੱਕ ਸਕੂਟਰ ਤੇ ਲੈ ਜੀ ਭੂਆ ਦੀ ਦੇਹ ਭਾਰੀ ਸੀ ਗੋਡਿਆਂ ਵਿੱਚ ਦਰਦ ਰਹਿੰਦਾ ਸੀ ਵਿਧਵਾ ਸੀ ਬਾਲ ਬੱਚਾ ਕੋਈ ਨਹੀਂ ਸੀ ਸਹੁਰਿਆਂ ਦੀ ਤਾਂ ਹੁਣ ਕਦੇ-ਕਦੇ ਹੀ ਜਾਂਦੀ ਸੀ ਬਹੁਤਾ ਮੇਰੇ ਚਾਚੇ ਦੇ ਘਰ ਹੀ ਰਹਿੰਦੀ ਸੀ ਚਾਚਾ ਹੀ ਭੂਆ ਦੇ ਸਹੁਰਿਆਂ ਦੀ ਜ਼ਮੀਨ ਵਾਹ ਕੇ ਆਉਂਦਾ ਬੀਜ ਕੇ ਆਉਂਦਾ ਕਸਲਾ ਸਾਹਮ ਦਾ ਕਈ ਈਰਖਾ ਕਰਨ ਵਾਲੇ ਚਾਚੇ ਉੱਤੇ ਦੂਸਣ ਵੀ ਲਾਉਂਦੇ ਭੈਣ ਦੀ ਪੈਲੀ ਖਾਈ ਜਾਂਦਾ ਪਰ ਨਾ ਕਦੇ ਭੂਆ ਨੇ ਲੋਕਾਂ ਦੀਆਂ ਸੁਣੀਆਂ ਸਨ ਨਾ ਚਾਚੇ ਨੇ ਭੂਆ ਭਗਵਾਨਕੌਰ ਦੀ ਸਹੇਲੀ ਸੀ ਪੱਕੀ ਜਦੋਂ ਭਗਵਾਨਕੌਰ ਬਿਮਾਰ ਹੋਈ ਤਾਂ ਭੂਆ ਹਰ ਰੋਜ਼ ਉਸ ਦਾ ਪਤਾ ਲੈਣ ਆਉਂਦੀ ਰਹੀ ਕਦੇ ਤਾਂ ਦੁਖੀ ਹੋ ਕੇ ਤੁਰ ਕੇ ਵੀ ਪਹੁੰਚਦੀ ਅਖੀਰਲੇ 2 ਦਿਨ ਤਾਂ ਉਹ ਭਗਵਾਨਕੌਰ ਦੇ ਕੋਲ ਹੀ ਬੈਠੀ ਰਹੀ ਗੁਰਚੇਤਨ ਨੇ ਦੱਸਿਆ ਪਤਾ ਨਹੀਂ ਕੀ ਹੌਲੀ-ਹੌਲੀ ਗੱਲਾਂ ਕਰਦੀਆਂ ਰਹਿੰਦੀਆਂ ਇਹਨਾਂ ਦੀ ਗੁਫ਼ਤਗੂ ਸਾਡੇ ਪੱਲੇ ਤਾਂ ਪੈਂਦੀ ਨਹੀਂ ਸੀ ਕਦੇ ਕਦੇ ਹੱਸਣ ਲੱਗਦੀਆਂ ਕਦੇ ਦੋਵੇਂ ਅੱਖਾਂ ਪੁੰਜਣ ਲੱਗਦੀਆਂ ਇੱਕ ਦਿਨ ਦੋਵੇਂ ਜਣੀਆਂ ਕੋਲ-ਕੋਲ ਮੂੰਹ ਜੋੜ ਕੇ ਗੀਤ ਗਾਈ ਜਾਣ ਭੂਆ ਨੂੰ ਕਿਵੇਂ ਪਤਾ ਲੱਗਾ ਤਾਈ ਦੇ ਬਿਮਾਰ ਹੋਣ ਦਾ ਮੈਂ ਸਹਿਜ ਹੀ ਪੁੱਛਿਆ ਜਿਸ ਦਿਨ ਬਹੁਤੀ ਢਿੱਲੀ ਹੋਈ ਬੇਬੇ ਆਦੀ ਦਿਆ ਕਰ ਨੂੰ ਸੱਦ ਲਿਆਓ ਮੇਰਾ ਗੱਲਾਂ ਕਰਨ ਨੂੰ ਜੀ ਕਰਦਾ ਅਸੀਂ ਲੈ ਗਏ ਸੀ ਇੱਕ ਦਿਨ ਭੂਆ ਆਂਦੀ ਕਾਕਾ ਮੈਂ ਤੇਰੀ ਮਾਂ ਨੂੰ 30 ਸਾਲਾਂ ਮੰਗਰੋਂ ਵੀ ਸਿਆਣ ਲਿਆ ਅਸੀਂ ਵੀ ਹੈਰਾਨ ਹੁੰਦੇ ਸਾਂ ਸਾਡੀ ਸੁਰਤ ਚ ਭੂਆ ਕਦੇ ਮਿਲਣੀ ਸੀ ਆਈ ਬੇਬੇ ਨੂੰ ਇੰਨਾ ਸਹਿਲ ਪੁਣਾ ਕਿੱਥੋਂ ਪੈ ਗਿਆ ਫੇਰ ਤਾਂ ਭੂਆ ਜਦੋਂ ਵੀ ਪੇਕੀ ਆਉਂਦੀ ਬੇਬੇ ਨੂੰ ਮਿਲ ਕੇ ਹੀ ਜਾਂਦੀ ਕਈ ਵਾਰ ਤਾਂ ਗੱਲਾਂ ਕਰਦੀਆਂ ਕਰਦੀਆਂ ਨੂੰ ਹਨੇਰਾ ਹੋ ਜਾਂਦਾ ਉਹ ਇੱਧਰ ਹੀ ਰਹਿ ਪੈਣੀ ਦੋਕ ਸਾਲ ਦੀ ਤਾਂ ਬਾੜਾ ਹੀ ਆਉਣ ਜਾਣ ਲੱਗ ਗਈ ਸੀ ਆਪਾਂ ਤੋਂ ਪਹਿਲਾਂ ਦੇ ਬੰਦਿਆਂ 'ਚ ਹੈਗਾ ਅਜੇ ਮੋਹ ਪਿਆਰ ਅੱਜ ਕੱਲ ਤਾਂ ਪਿਓ ਪੁੱਤ ਮਗਰ ਗੰਡਾਸਾ ਕੱਢੀ ਫਿਰਦਾ ਧੀਆ ਨੂੰਹਾਂ ਮਾਮਾਂ ਨਾਲ ਜੁੰਡੋ ਜੁੰਡੀ ਹੋਈ ਜਾਂਦੀਆਂ ਮੇਰੇ ਪਿੱਛੇ ਬੈਠਾ ਇੱਕ ਬਜ਼ੁਰਗ ਬੋਲਿਆ ਕਾਫੀ ਚਰ ਤੋਂ ਗੁਰਚੇਤਨ ਦੀਆਂ ਗੱਲਾਂ ਵਿੱਚ ਹੰਗਾਰਾ ਭਰੀ ਜਾਂਦਾ ਸੀ ਮੈਂ ਕੰਮ ਜਾਣਾ ਸੀ ਬਾਹਾਨੇ ਨਾਲ ਉੱਠਣਾ ਚਾਹੁੰਦਾ ਸਾਂ ਮਲਮੀ ਜਹੀ ਜੀਵ ਨਾਲ ਗੁਰਚੇਤਨ ਨੂੰ ਪੁੱਛਿਆ ਇੱਕ ਡੇਢ ਤਾਂ ਬਾਜੀ ਜਾਉ ਸੰਸਕਾਰ ਨੂੰ ਇੰਨਾ ਤਾਂ ਹੋਈ ਜਾਣਾ ਟਾਈਮ ਐਵੇਂ ਰਸਤੇਦਾਰ ਫਿਰ ਤਰਾਜ ਕਰਦੇ ਆ ਸਾਨੂੰ ਉਡੀਕਿਆ ਨਹੀਂ ਭੂਆ ਕੋਲੋਂ ਤੁਰਿਆ ਨਹੀਂ ਜਾਂਦਾ ਮੈਂ ਇਹਨੂੰ ਸ਼ਮਸ਼ਾਨ ਘਾਟ ਸਾਡਾ ਮਾ ਫਿਰ ਉੱਥੇ ਕੋਈ ਕੰਮ ਕਰਨ ਵਾਲਾ ਐ ਤਾਂ ਦੱਸ ਮੈਂ ਉੱਠ ਖੜਾ ਹੋਇਆ ਨਾ ਨਾ ਕੰਮ ਕੀ ਹੋਣਾ ਹੈਗੇ ਆ ਉੱਥੇ ਮੁੰਡੇ ਲੱਕੜਾਂ ਤੇ ਪਾਥੀਆਂ ਦਾ ਰੇੜਾ ਲੈ ਕੇ ਗਏ ਆ ਚੰਗਾ ਮੈਂ ਉੱਥੇ ਹੀ ਮਿਲੂੰ ਫਿਰ ਹੱਥ ਜੋੜ ਕੇ ਮੈਂ ਵਿਦਾ ਲਈ ਇਹ ਇੱਕ ਪਾਸੇ ਬੈਠੀ ਬਾਰ-ਬਾਰ ਮੇਰੇ ਵੱਲ ਤੱਕਦੀ ਭੂਆ ਕੋਲ ਆਣ ਖੜਾ ਹੋਇਆ ਚੱਲੀਏ ਪੁੱਤ ਭੂਆ ਉੱਠਣ ਲਈ ਗੋਡਿਆਂ ਤੇ ਹੱਥ ਰੱਖ ਕੇ ਜੋਰ ਲਾਉਣ ਲੱਗੀ ਦੇਖ ਲੈ ਭੂਆ ਜੇ ਅਜੇ ਠਹਿਰਨਾ ਤਾਂ ਫਿਰ ਮੈਂ ਫੇਰ ਆ ਜਾਉਂ ਨਾ ਪੁੱਤ ਹੁਣ ਕੀ ਠਹਿਰਨਾ ਭਾਗੋ ਨੂੰ ਤਾਂ ਨਹਾਉਣ ਲੱਗੀਆਂ ਬੁੜੀਆਂ ਮੈਂ ਬਹਿ ਜੂ ਉੱਥੇ ਜੇ ਤੂੰ ਕਿਤੇ ਹੋਰ ਜਾਣਾ ਹੋਇਆ ਤਾਂ ਚਲਾ ਜਾਈਂ ਆ ਕਪੂਆ ਬਾਹਰ ਵੱਲ ਤੁਰ ਪਈ ਜਦੋਂ ਉਹ ਬਾਹਰ ਖੜੇ ਸਕੂਟਰ ਕੋਲ ਪਹੁੰਚੀ ਤਾਂ ਉਹਦਾ ਸਾਹ ਚੜਿਆ ਹੋਇਆ ਸੀ ਮੁੜ ਕੇ ਨਾ ਭਿੱਜੀ ਹੋਈ ਹੁਣ ਤਾਂ ਦੇਹ ਹਾਰਦੀ ਜਾਂਦੀ ਐ ਚੰਦਰੀ ਭਾਗੋ ਤਾਂ ਪੁੱਤ ਹਾਂ ਹਾਂ ਕਰਦੀ ਫਿਰਦੀ ਸੀ ਪਤਾ ਨਹੀਂ ਕੀ ਹੋ ਗਿਆ ਕੁੜੀ ਨੂੰ ਬਸ ਪਲਾਂ ਚੀ ਮੈਂ ਤਾਂ ਪੁੱਤ 30 ਸਾਲਾਂ ਬਾਅਦ ਸਿਆਣ ਲਈ ਸੀ ਪੁੱਛਿਆ ਨਹੀਂ ਤੂੰ ਮਰੀਮ ਨਹੀਂ ਬਸ਼ੀਰ ਦੀ ਕੁੜੀ ਨਹੀਂ ਤੂੰ ਮੈਨੂੰ ਬਣਾ ਸਮਾਰ ਕੇ ਆਂਦੀ ਮਰੀਮ ਤਾਂ ਉਸੇ ਰਾਤੀ ਮਰ ਗਈ ਸੀ ਭਾਈ ਜਿਸ ਦਿਨ ਮੇਰੇ ਸਾਹਮਣੇ ਮੇਰੇ ਅੱਬਾ ਮੇਰੀ ਅਮੀ ਮੇਰਾ ਭਾਈ ਮੇਰੀ ਭੈਣ ਨੂੰ ਬਰਸਿਆਂ ਦੀ ਨੋਕ ਅੱਗੇ ਲਾ ਕੇ ਪਸ਼ੂਆਂ ਵਾਂਗ ਹੱਕ ਕੇ ਲੈ ਗਏ ਸੀ ਮਰੀਮ ਸਕੂਟਰ ਸਟਾਰਟ ਕਰਨ ਲੱਗਾ ਮੈਂ ਰੁਕ ਗਿਆ ਤੇ ਹੈਰਾਨੀ ਨਾਲ ਮੇਰਾ ਮੂੰਹ ਖੁੱਲਾ ਰਹਿ ਗਿਆ ਆਹੋ ਪੁੱਤ ਇਹ ਨਵੇਂ ਪਿੰਡ ਦੇ ਬशीर ਦੀ ਕੁੜੀ ਸੀ ੱਲਿਆਂ ਗੁੱਲਿਆਂ ਵੇਲੇ ਆਪਣੇ ਪਿੰਡ ਦਾ ਨਿਹੰਗ ਤੇਗਾ ਸਿੰਘ ਇਹਨੂੰ ਚੱਕ ਲਿਆ ਸੀ ਮੈਨੂੰ ਬੜੀ ਹੈਰਾਨੀ ਹੋਈ ਜਾਣ ਕੇ ਮੇਰੇ ਪਿੰਡ ਦੇ ਆਹਾਨੀਆਂ ਨੂੰ ਤਾਂ ਪਤਾ ਹੀ ਨਹੀਂ ਸੀ ਹੁਣ ਇਸ ਗੱਲ ਦਾ ਅਸੀਂ ਤਾਂ ਸਮਝਦੇ ਰਹੇ ਸਾਂ ਭਗਵਾਨ ਘਰ ਜੱਟਾਂ ਦੀ ਕੁੜੀ ਐ ਮੇਰੇ ਜੀਨ ਵਿੱਚ ਕਈ ਸਵਾਲ ਇੱਕਦਮ ਉੱਭਰੇ ਜੇ ਇਹ ਬਸੀਰ ਦੀ ਕੁੜੀ ਐ ਫਿਰ ਬੋੜ ਸਿੰਘ ਕੋਲ ਕਿਵੇਂ ਆਈ ਵਿਆਹ ਕਿਵੇਂ ਹੋਇਆ ਮਰੀਮ ਦੇ ਅੱਬਾ ਤੇ ਅਮੀਨियस ਨੂੰ ਲੱਭਿਆ ਕਿਉਂ ਨਹੀਂ ਕਿਸੇ ਨੇ ਮੁਖਬਰੀ ਕਿਉਂ ਨਹੀਂ ਕੀਤੀ ਜਦੋਂ ਪਿੱਛੇ ਰਹੇ ਮਰਦਾਂ ਤੇ ਔਰਤਾਂ ਦੀ ਸ਼ਾਨ ਵੀਣ ਹੋਈ ਹੋਵੇਗੀ ਉਦੋਂ ਮਰੀਮ ਨੇ ਆਪਣੀ ਪਛਾਣ ਕਿਉਂ ਸੁਪਾਈ ਰੱਖੀ ਉੱਪਰ ਸੂਰਜ ਅੱਗ ਬਰਹਾ ਰਿਹਾ ਸੀ ਭੂਆ ਨੇ ਮੈਨੂੰ ਗਮਸਮ ਖੜੇ ਨੂੰ ਵੇਖ ਕੇ ਫਿਕਰ ਨਾਲ ਪੁੱਛਿਆ ਪੁੱਤ ਗਰਮੀ ਲੱਗਦੀ ਆ ਤਾਂ ਰਹਿਣ ਦੇ ਮੈਂ ਆਪੇ ਵਗ ਜੂੰ ਹੌਲੀ ਹੌਲੀ ਨਹੀਂ ਭੂਆ ਬੈਠ ਤੂੰ ਮੈਂ ਸਕੂਟਰ ਸਟਾਰਟ ਕਰ ਲਿਆ ਮੈਨੂੰ ਯਕੀਨ ਸੀ ਭੂਆ ਕੁਝ ਹੋਰ ਗੱਲਾਂ ਵੀ ਜਾਣਦੀ ਹੋਵੇ ਫਰਨੀ ਵਾਲੇ ਵੱਡੇ ਛੱਪੜ ਦੇ ਉੱਪਰੋਂ ਦੀ ਹੁੰਦੇ ਅਸੀਂ ਸ਼ਮਸ਼ਾਨ ਘਾਟ ਪਹੁੰਚ ਗਏ ਉੱਥੇ ਇੱਕ ਦਰਖਤ ਦੀ ਡੱਬ ਖੜਬੀ ਜਹੀ ਛਾਂ ਹੇਠ ਭੂਆ ਨੂੰ ਲੈ ਗਿਆ। ਲੱਕੜਾਂ ਤੇ ਪਾਥੀਆਂ ਵਾਲਾ ਰੇੜਾ ਆ ਚੁੱਕਿਆ ਸੀ। ਦੋ ਜਣੇ ਰੇੜੇ ਉੱਪਰੋਂ ਲੱਕੜਾਂ ਲਾ ਕੇ ਚਿਤਾਵਲੀ ਜਗ੍ਹਾ ਦੇ ਨੇੜੇ ਰੱਖ ਰਹੇ ਸਨ। ਪੁੱਤ ਪਾਣੀ ਪਿਆਵੇਂ ਤਾਂ ਭੂਆ ਨੇ ਦਰਖਤ ਦੇ ਹੇਠਾਂ ਛਾਂ ਟੋੜਦਿਆਂ ਬੁੱਲਾ ਤੇਜੀ ਫੇਰੀ ਅਤੇ ਚੁੰਨੀ ਦਾ ਮੋੜਕਾ ਪੁੰਜਣ ਲੱਗ ਪਈ। ਮੈਂ ਪਾਣੀ ਲੱਭਣ ਗਿਆ। ਇੱਕ ਪਾਸੇ ਨਲਕਾ ਤਾਂ ਸੀ ਪਰ ਕੋਈ ਭਾਂਡਾ ਨਹੀਂ ਸੀ ਉੱਥੇ। ਰੇੜੇ ਵਾਲੇ ਨੂੰ ਪੁੱਛਿਆ ਔਰ ਸਕੋਲ ਟੀਨ ਦਾ ਡੱਬਾ ਸੀ। ਭੂਆ ਨੂੰ ਪਾਣੀ ਲਿਆ ਕੇ ਫੜਾਉਂਦਿਆ ਮੈਂ ਆਸ-ਪਾਸ ਦੇਖਿਆ। ਬੜੀ ਦੁਪਹਿਰ ਵਿੱਚ ਸ਼ਮਸ਼ਾਨ ਘਾਟ ਖੋਦਵਲ ਰਿਹਾ ਜਾਪਦਾ ਸੀ। ਚਿਤਾ ਵਾਲੀ ਜਗ੍ਹਾ ਉੱਪਰ ਪਾਇਆ ਟੀਨ ਦਾ ਸ਼ੈੱਡ ਕਾਲਾ ਹੋਇਆ ਪਿਆ ਸੀ। ਇੱਕ ਪਾਸੇ ਖੜਸਕ ਹੋਈ ਕਿਕਰ ਉੱਪਰ ਇਲ ਜਾਂ ਕਾਂ ਦਾ ਆਲਣਾ ਤਾਂ ਸੀ ਪਰ ਉੱਥੇ ਪੰਛੀ ਕੋਈ ਨਹੀਂ ਸੀ। ਦਰਖਤ ਦੇ ਹੇਠਾਂ ਪੰਚਾਇਤ ਵੱਲੋਂ ਬਣਾਏ ਗੋਲ ਥੜੇ ਉੱਪਰ ਪੰਛੀਆਂ ਦੀਆਂ ਵਿੱਠਾਂ ਦਾ ਲੇਪ ਕੀਤਾ ਹੋਇਆ ਸੀ। ਜੋ ਫੇਰੇ ਕੱਖ ਕਾਨੇ ਖਿਲਰੇ ਪਏ ਸਨ ਕੋਈ ਵਾਬ ਰੋਲਾ ਉਠਦਾ ਤਾਂ ਕੁਝ ਦਿਨ ਪਹਿਲਾਂ ਬਲ ਚੁਕੇ ਸਵੇਰੀ ਰਾਖ ਨਾਲ ਸਮਸ਼ਾਨ ਘਾਟ ਦਾ ਚੁਗਿਰਦਾ ਭਰ ਜਾਂਦਾ ਫਿਰ ਉਹੀ ਰਾਖ ਹੌਲੀ ਹੌਲੀ ਦਰਖਤਾਂ ਦੇ ਬਨਸਪਤੀ ਤੇ ਬੰਦਿਆਂ ਦੇ ਉੱਪਰ ਧਰਤੀ ਉੱਪਰ ਕਿਰਨ ਲੱਗਦੀ ਥੜੇ ਉੱਪਰ ਆਪਣੇ ਬੈਠਣਯੋਗੀ ਥਾਂ ਸਾਫ਼ ਕਰਕੇ ਭੂਆ ਬੈਠ ਗਈ ਮੇਰੇ ਜਿਹਨ ਵਿੱਚ ਕੁਝ ਪ੍ਰਸ਼ਨ ਮੱਛੀ ਦੇ ਕੰਡੇ ਵਾਂਗ ਫਸੇ ਹੋਏ ਸਨ ਗਨ ਲੱਗੇ ਤੋਰ ਲਈ ਮੈਂ ਭੂਆ ਨੂੰ ਪੁਲਾ ਜਹਾ ਬਣਦਿਆਂ ਪੁੱਛਿਆ ਭੂਆ ਸੀ ਤਾਂ ਸਮਝਦੇ ਰਹੇ ਭਗਵਾਨ ਘਰ ਜੱਟਾਂ ਦੀ ਕੁੜੀ ਐ ਬੇ ਕਾਨੂੰ ਇਹ ਤਾਂ ਬशीर ਦੀ ਕੁੜੀ ਐ ਬशीर ਰੰਧਾਵੇ ਦੀ ਭੂਆ ਨੇ ਪੂਰੀ ਤਸੱਲੀ ਨਾਲ ਦੱਸਿਆ ਫੇਰ ਇਹ ਭਗਵਾਨ ਘਰ ਬੋੜਤਾ ਆ ਮੇਰੀ ਹਲਕੀ ਜਿਹੀ ਆਵਾਜ਼ ਜਗਿਆਸਾ ਸਮਝਦਿਆਂ ਭੂਆ ਬੋਲੀ ਆ ਜਦੋਂ ਤੁਹਾਨੂੰ ਆਜ਼ਾਦੀ ਮਿਲੀ ਐ ਨਾ ਉਦੋਂ ਵੱਡਾ ਟੁਕੀ ਚ ਆਪਣੇ ਪਿੰਡ ਦਾ ਤੇਗਾ ਇਹਨੂੰ ਨਵੇਂ ਪਿੰਡੋਂ ਚੁੱਕ ਲਿਆ ਆ ਖੇਤਾਂ 'ਚ ਲੈ ਗਿਆ ਬਲਾਂ ਸੋਣੀ ਸੀ ਇਹ 10-11 ਸਾਲਾਂ ਦੀ ਹੋ ਉਦੋਂ ਭਾਈ ਮੈਂ ਸਾਹ ਰੋਕੀ ਪੂਆ ਤੋਂ ਇਤਿਹਾਸ ਦੇ ਨਾ ਪੰਨਿਆਂ ਦੀ ਅੱਖੀ ਵੇਖੀ ਗਾਥਾ ਸੁਣਨ ਲੱਗਾ ਟੋਕੇ ਜਾਂ ਕੁਝ ਬੋਲ ਕੇ ਪੂਆ ਦਾ ਧਿਆਨ ਭੰਗ ਨਹੀਂ ਉਸੇ ਕਰਨਾ ਚਾਹੁੰਦਾ ਪੂਆ ਅੱਧ ਮੀਟੀਆਂ ਅੱਖਾਂ ਨਾਲ ਬੀਤੇ ਕੱਲੂ ਘਰੇ ਦੇ ਰੂਬਰੂ ਹੋਈ ਬੈਠੀ ਸੀ ਤੇਗਾ ਦਾ ਪੁੱਤ ਲੱਗਾ ਵੱਡਣ ਕੁੜੀ ਨੂੰ ਕਿਰਪਾਨ ਮਿਆਨ ਚੋਂ ਕੱਢ ਲਈ ਬੋੜ ਦਾ ਪਿਓ ਟਹਿਲ ਸਿੰਘ ਆ ਗਿਆ ਮੌਕੇ ਤੇ ਆਂਦਾ ਮੂਰਖਾ ਕਿਉਂ ਗਊ ਹੱਤਿਆ ਕਰਦਾ ਹੈ ਕੁੜੀ ਵੱਲ ਵੇਖ ਇਹ ਮਾਸੂਮ ਦੀ ਹੱਤਿਆ ਦਾ ਪਾਪ ਕਿੱਥੇ ਭਰੇਗਾ ਮੈਨੂੰ ਦੇ ਦੇ ਮੈਂ ਇਹਨੂੰ ਘਰ ਲੈ ਜਾਣਾ ਗੁਰਦੁਆਰੇ ਲੈ ਜਾ ਕੇ ਅੰਮ੍ਰਿਤ ਸਕਾ ਕੇ ਇਹਨੂੰ ਆਪਣੀ ਧੀ ਬਣਾਉ ਮੇਰੇ ਨਾਲੇ ਕੁੜੀ ਹੈ ਨਹੀਂ ਕੋਈ ਇੱਕੋ ਇੱਕ ਮੁੰਡਾ ਹੈ ਬੋੜ ਦੋਵੇਂ ਭੈਣ ਭਰਾ ਪਲੀ ਜਾਣਗੇ ਕੋਤੋਂ ਦੱਸਦੇ ਆ ਪਹਿਲਾਂ ਤਾਂ ਤੇਗਾ ਸੂਹ ਮੰਨਿਆ ਨਹੀਂ ਆਂਦਾ ਤੁਰਕਾਂ ਦੀ ਕੁੜੀ ਐ ਇਹਨੂੰ ਜੰਨਤ ਚ ਭੇਜਣਾ ਕੁੜੀ ਡਾਂਡਾ ਮਾਰੇ ਟਹਿਲ ਸਿੰਘ ਤੋਂ ਰੋਂਦੀ ਕੁੜੀ ਝੱਲੀ ਨਾ ਗਈ ਆਖਿਆ 6 ਬਿਹਾਰ ਰੁਪਈਆ ਦੀ ਲੈ ਜਾ ਕੁੜੀ ਦੇ ਦੇ ਤੇਗਾ ਮੰਨ ਗਿਆ ਕੁੜੀ ਨੂੰ ਟਹਿਲ ਸਿੰਘ ਘਰ ਲੈ ਆਇਆ ਸੰਗਰਾਂਦ ਵਾਲੇ ਦਿਨ ਅਮਰਤ ਸਕਾ ਕੇ ਭਗਵਾਨ ਕੋਰ ਬਣਾਤੀ ਡਰਬੀ ਪਾਤਾ ਜੇ ਬਾਹਰ ਨਿਕਲੀ ਤਾਂ ਤੇਗਾ ਵੜਦਿਓ ਭੱਜਣ ਲੱਗੀ ਮੈਂ ਵੜਦਿਆਂ ਆਂਦੇ ਆ ਕੁੜੀ ਤਾਂ ਸਹਿਨਗੀ ਬਤ ਅੰਦਰਲੀ ਦੇਲੀ ਤੋਂ ਬਾਹਰ ਨਾ ਨਿਕਲਦੀ ਉਦੋਂ ਮੈਂ 11-12 ਸਾਲਾਂ ਦੀ ਹੋਊਂਗੀ ਕਦੇ ਕਦੇ ਮੈਂ ਬੇਬੇ ਨਾਲ ਜਾਂਦੀ ਹੁੰਦੀ ਸੀ ਟਹਿਲ ਚਾਚੇ ਦੇ ਘਰੇ ਇਹ ਘਰ ਵੀ ਆਪਣਿਆਂ ਚੋਂ ਹੀ ਐ ਮੇਰਾ ਮਰੀਮ ਨਾਮ ਮੋਹ ਪੈ ਗਿਆ ਅਸੀਂ ਸਾਰਾ ਸਾਰਾ ਦਿਨ ਅੰਦਰ ਬੈਠੀਆਂ ਰਹਿੰਦੀਆਂ ਚਾਦਰਾਂ ਕੱਢਦੀਆਂ ਰਹਿੰਦੀਆਂ ਚਰਖਾ ਕੱਤਦੀਆਂ ਰਹਿੰਦੀਆਂ ਨਾ ਤਾਂ ਭਾਵੇਂ ਹੁਣ ਉਹ ਭਗਵਾਨ ਕੌਰ ਸੀ ਪਰ ਮੈਂ ਮਰੀਮੀ ਆਖਦੀ ਇੱਕ ਦਿਨ ਚਾਚੇ ਟੈਲੇ ਨੇ ਮੈਨੂੰ ਝਿੜਕਿਆ ਵੀ ਸੀ ਪਰ ਮੈਨੂੰ ਇਹ ਅੰਦਰ ਬਾੜ ਕੇ ਆਖ ਦਿੰਦੀ ਸੀ ਤੂੰ ਮੈਨੂੰ ਮਰੀਮੀ ਕਿਹਾ ਕਰ ਭੂਆ ਸਾਹ ਲੈਣ ਲਈ ਲੁੱਕ ਗਈ ਭਾਵੇਂ ਮੈਂ ਉਹ ਕਾਲਾ ਦੌਰ ਦੇਖਿਆ ਤਾਂ ਹੋਵੇਗਾ ਪਰ ਮੈਨੂੰ ਇਹ ਨਹੀਂ ਸਮਝ ਨਹੀਂ ਸੀ ਉਦੋਂ ਇਹ ਸਭ ਕੀ ਹੋ ਰਿਹਾ ਹੈ ਲੋਕਾਂ ਦੇ ਘਰਾਂ ਵਿੱਚੋਂ ਧੂਆਂ ਕਿਉਂ ਨਿਕਲ ਰਿਹਾ ਹੈ ਲੋਕ ਇੱਕ ਦੂਜੇ ਦੇ ਗਲੀਆਂ ਲਾ ਕਿਉਂ ਰੋ ਰਹੇ ਹਨ ਪਰ ਹੁਣ ਮੈਂ ਸਮਝ ਸਕਦਾ ਹਾਂ ਕੀ ਵਾਪਰਿਆ ਹੋਵੇਗਾ ਦੋਹਾਂ ਧਿਰਾਂ ਦੇ ਲੋਕਾਂ ਦੇ ਮਨਾਂ 'ਤੇ ਹੁਣ ਮੈਂ ਵੀ ਮਹਿਸੂਸ ਕਰ ਸਕਦਾ ਹਾਂ ਇਹ ਵੀ ਜਾਣਦਾ ਹਾਂ ਜੇ ਮੌਤ ਨਾ ਆਉਣੀ ਹੋਵੇ ਤਾਂ ਹਰ ਹਾਪਸਾਈ ਆਪਣੀ ਭਿਆਨਕਤਾ ਘੋਵਾ ਲੈਂਦਾ ਹੈ ਬੁਆ ਗੋਲੀ ਮੈਂ ਕਈ ਵਾਰ ਮਰੀਮ ਨੂੰ ਹੌਲੀ-ਹੌਲੀ ਪੁੱਛਦੀ ਅੜੀਏ ਕਿੱਥੇ ਹੋਊਗਾ ਤੇਰਾ ਬਾ ਤੇਰੀ ਅੰਮੀ ਤੇਰੀ ਵੱਡੀ ਭੈਣ ਫਾਤਿਮਾ ਤੇਰਾ ਨਿੱਕਾ ਭਰਾ ਫਿਰੋਜ਼ ਤੇਰੀ ਆਪਾ ਨੂਰਾ ਉਹ ਮੇਰੇ ਬੁੱਲਾ ਤੇ ਹੱਥ ਰੱਖ ਦਿੰਦੀ ਭਰੀਆਂ ਅੱਖਾਂ ਨਾਲ ਬੋਲਦੀ ਨਾ ਨਾ ਤੇਗਾ ਵੜ ਦਿਓ ਜਾਂ ਬੋੜ ਦਾ ਬਾਪੂ ਵੜ ਦਿਓ ਵੱਡੇ ਵੱਡੇ ਹੋ ਕੇ ਲੈਂਦੀ ਉੱਚੀ ਨਾ ਰੋਂਦੀ ਹੌਲੀ ਹੌਲੀ ਉਹ ਟੈਲ ਸੌ ਨੂੰ ਬਾਪ ਆਖਣ ਲੱਗ ਪਈ ਮੱਝਾਂ گاਵਾ ਦਾ ਮੋਹ ਪਾ ਲਿਆ ਇੱਕ ਗਊ ਦਾ ਨਾਂ ਫਾਤਿਮਾ ਰੱਖ ਲਿਆ ਮੱਝ ਤੇ ਇੱਕ ਕਟਰੂ ਨੂੰ ਫਰੋਜ਼ ਆਖਣ ਲੱਗ ਪਈ ਉਹ ਗਊ ਤੇ ਕਟਰੂ ਨੂੰ ਵਾਜਾਂ ਮਾਰਦੀ ਟੈਲ ਸਿਉ ਝੜਕਦਾ ਨਾ ਸਗੋਂ ਖੁਸ ਹੁੰਦਾ ਸਾਰਾ ਦਿਨ ਉਹ ਮੱਝਾਂ ਤੇ گاਵਾ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ। ਕਦੇ ਆਖਦੀ ਤੂੰ ਮੇਰੀ ਅੰਮੀ ਐ, ਕਦੇ ਆਖਦੀ ਤੂੰ ਮੇਰੀ ਆਪਾ ਐ। ਭੂਆ ਨੇ ਹੌਂਕਾ ਲਿਆ। ਟੀਨ ਦੇ ਡੱਬੇ ਵਿੱਚ ਪਿਆ ਪਾਣੀ ਪੀਤਾ ਤੇ ਮੈਨੂੰ ਪੁੱਛਿਆ। ਦੇਖ ਤਾਂ ਪੁੱਤ ਆਉਂਦੇ ਆ ਕਿਤੇ ਕਿ ਨਹੀਂ ਅਜੇ ਭਾਗੋ ਨੂੰ ਲਈ। ਮੈਂ ਛੱਪੜ ਤੇ ਉੱਤੋਂ ਦੀ ਦੂਰ ਤੱਕ ਪਿੰਡ ਵੱਲ ਝਾਕਿਆ। ਨਹੀਂ ਭੂਆ ਅਜੇ ਤਾਂ ਨਹੀਂ ਦੱਸਦੇ ਕਿਤੇ। ਮੇਰੀ ਜਗਿਆਸਾ ਮਰੀਮ ਵਿੱਚ ਸੀ। ਉੱਚਾ ਬੋਰ ਤਾਏ ਨਾਲ ਵਿਆਹ ਕਿਵੇਂ ਹੋ ਗਿਆ ਭੂਆ ਇਹਦਾ ਇਹ ਤਾਂ ਭੈਣ ਲੱਗੀ ਉਹਦੀ ਫਿਰ ਕੀ ਪਤਾ ਪੁੱਤ ਕਿਵੇਂ ਹੋਇਆ ਸਾਰਾ ਕੁਝ ਇਹ ਤਾਂ 3 ਕਸਾਲਾਂ ਚ ਐ ਕਦ ਕੱਢ ਗਈ ਦੇਲੀ ਲੰਘਣ ਲੱਗੀ ਸਿਰ ਨੀਵਾ ਕਰਿਆ ਕਰੇ ਐਨਾ ਰੂਪ ਟਹਿਲ ਸੋਂ ਨੂੰ ਫਿਕਰ ਪੈ ਗਿਆ ਪਿੰਡ ਦੀ ਮੰਦਿਰ ਨੂੰ ਪਤਾ ਸੀ ਸੋਚਦੇ ਹੋਣੇ ਆ ਮੁਸਲੀ ਹੈ ਨਾ ਆਪਣਾ ਕੀ ਕਰ ਲੂ ਟਹਿਲ ਸਿਓ ਟਹਿਲ ਸੋਂ ਸਿਆਣਾ ਸੀ ਉਹ ਮਰੀਆ ਨੂੰ ਆਪਣੇ ਸਹੁਰੇ ਸੱਸ ਕੋਲ ਸਾਡ ਆਇਆ ਫੇਰ ਮੇਰਾ ਵਿਆਹ ਹੋ ਗਿਆ ਫੇਰ ਤਾਂ ਅਸੀਂ ਪੁੱਤ 30 ਸਾਲ ਨਹੀਂ ਮਿਲੀਆਂ ਇੱਕ ਦੂਜੀ ਨੂੰ ਭੂਆ ਨੇ ਹੌਂਕਾ ਲਿਆ ਮੈਂ ਕੁਝ ਨਹੀਂ ਬੋਲਿਆ ਨੀਵੀਂ ਪਾਈ ਥੜੇ ਉੱਪਰੋਂ ਪੰਛੀਆਂ ਦੀਆਂ ਬਿਠਾਂ ਖੁਰਚਦਾ ਰਿਹਾ ਭੂਆ ਆਪ ਹੀ ਬੋਲੀ ਮੈਨੂੰ ਮਗਰੋਂ ਪਤਾ ਲੱਗਿਆ ਜਦੋਂ ਅਸੀਂ ਮਿਲੀਆਂ ਆਪ ਹੀ ਦੱਸਦੀ ਸੀ ਮਰੀਅਮ ਟੈਲ ਸੌਂ ਦੀ ਸੱਸ ਬਿਰਧ ਸੀ ਮੁੰਡੇ ਉੱਥੇ ਵੀ ਕੰਧਾਂ ਉੱਪਰੋਂ ਝਾਕਣ ਲੱਗੇ ਉਸਨੇ ਸਨੇਹਾ ਭੇਜ ਤਾਂ ਭਾਗੋ ਨੂੰ ਲੈ ਜਾਓ ਦੱਸデア ਟਹਿਲ ਸੋਨੇ ਪਿੰਡ ਦੇ ਕੁਝ ਸਿਆਣਿਆਂ ਨੇ رائے ਕੀਤੀ ਰਾਤੋਂ ਰਾਤ ਕੁੜੀ ਨੂੰ ਸਹੁਰਿਆਂ ਤੋਂ ਲੈ ਆਇਆ ਤੇ ਤੜਕੇ ਗੁਰਦੁਆਰੇ ਚ ਬੋੜ ਨਾਲ ਲਾਵਾ ਪੜਾਤੀ ਨਾਂ ਨਕਰ ਨਾ ਕੀਤੀ ਮਰੀਮ ਨੇ ਭੂਆ ਮੈਂ ਉਦਾਸ ਹੋ ਕੇ ਪੁੱਛਿਆ ਜਿਹੜੀ ਪੁੱਤ ਅੰਦਰੋਂ ਹੀ ਮਰੀ ਹੋਈ ਸੀ ਉਹਨੇ ਕੀ ਨਾ ਕਰਨੀ ਸੀ ਪਹਿਲਾਂ ਧੀ ਸੀ ਧਰਮ ਦੀ ਫਿਰ ਨੂੰ ਬਣ ਗਈ ਧਰਮ ਦੀ ਬੋੜ ਦਾ ਰੰਗ ਰੂਪ ਤਾਂ ਤੂੰ ਦੇਖਿਆ ਹੀ ਐ ਚਾਰ ਘਰ ਉਸ ਨੂੰ ਵੇਖ ਕੇ ਮੁੜ ਗਏ ਸਨ ਆਹ ਸੋਨੇ ਸੋਚਿਆ ਹੋ ਮੁੰਡੇ ਨੂੰ ਸਾਖ ਤਾਂ ਹੁੰਦਾ ਲੱਗਦਾ ਨਹੀਂ ਇੰਨੀ ਸੋਹਣੀ ਬਹੂ ਕਿੱਥੋਂ ਜੜ ਜਾਊ ਪਰ ਇਹਨੇ ਪਿਓ ਦੀ ਧੀ ਨੇ ਪੁਗਾ ਕੇ ਦਿਖਾਤੀ ਪੁੱਤ ਰੱਬ ਨੇ ਵੀ ਰੰਗ ਭਾਗ ਲਾਤੇ ਸਾਲਾਂ ਚ ਤਿੰਨ ਕੁੜੀਆਂ ਤੇ ਤਿੰਨ ਮੁੰਡਿਆਂ ਦੀ ਮਾਂ ਬਣ ਗਈ ਘਰ ਚ ਲਹਿਰਾਂ ਵਹਿਰਾ ਹੋ ਗਈਆਂ ਲੋਕ ਭੁੱਲ ਭੁਲਾ ਗਏ ਮੁੰਡੇ ਸੌ ਨਿਕਲੇ ਕੁੜੀਆਂ ਵੱਡੇ ਘਰੀਆਂ ਵਿਆਈਆਂ ਗਈਆਂ ਘਰ ਚ ਟਰੈਕਟਰ ਮਰੂਤੀ ਕਾਰ ਸਕੂਟਰ ਹੁਣ ਦਾ ਤਾਂ ਪਤਾ ਨਹੀਂ ਐ ਮੈਨੂੰ ਤਾਂ ਆਪ ਨਹੀਂ ਪਤਾ ਲੱਗਿਆ ਮੈਂ ਤਾਂ ਪੇਕੀ ਆਈ ਨਹੀਂ ਕਦੇ ਤੇਰੇ ਫੁੱਫੜ ਪੂਰਾ ਹੋਣ ਤੇ ਆਉਣ ਜਾਣ ਲੱਗ ਪਈ ਬਾਲਾ ਮੈਂ ਕਦੋਂ ਆਉਂਦੀ ਸੀ ਇੱਥੇ ਮੈਂ ਤਾਂ ਸੋਚਦੀ ਸੀ ਮਰੀਮ ਕਿਤੇ ਮਰ ਖੱਪ ਗਈ ਹੋਊਗੀ ਇੱਕ ਦਿਨ ਗੁਰਦੁਆਰੇ 'ਚ ਮੈਂ ਪਸਾਨ ਲਈ ਪੁੱਛਿਆ ਤਾਂ ਆਂਦੀ ਮਰੀਮ ਤਾਂ ਕਦੋਂ ਦੀ ਮਰ ਗਈ ਮੈਂ ਤਾਂ ਭਗਵਾਨ ਖੌਰਾ ਮੈਂ ਤਾਂ ਉਹਦੇ ਰੂਪ ਰੰਗ ਵੇਲੀ ਵੇਖੀ ਗਈ ਫੇਰ ਭੂਆ ਵਿਅੰਗ ਨਾਲ ਹੱਸੀ ਤੇ ਆਪਣੇ ਆਪ ਹੀ ਬੋਲੀ ਹੂੰ ਆਂਦੀ ਮਰ ਗਈ ਮਰੀਮ ਮੈਂ ਤਾਂ ਭਗਵਾਨ ਕੌਰਾ ਮੈਨੂੰ ਕਾਲੇ ਧਾਗੇ ਹੇਠਾਂ ਪਾਈ ਛੋਟੀ ਕਿਰਪਾਨ ਵੀ ਵਿਖਾਈ ਮੈਨੂੰ ਇੱਕ ਪਾਸੇ ਲਿਜਾ ਕੇ ਪੁੱਛਿਆ ਤੂੰ ਭਲਾ ਦਿਆ ਕਰੈ ਨਾ ਫੇਰ ਤਾਂ ਅਸੀਂ ਰੋਜ਼ ਮਿਲਣ ਲੱਗੀਆਂ ਮੈਨੂੰ ਉਹਨੇ ਦੱਸਿਆ ਮੇਰਾ ਵੱਡਾ ਮੁੰਡਾ ਪਿੰਡ ਦਾ ਸਰਪੰਚ ਐ ਇੱਕ ਮੇਰਾ ਪੁੱਤ ਕਚਹਿਰੀ ਚ ਵਕੀਲ ਐ ਇੱਕ ਮੇਰਾ ਪੁੱਤ ਮਾਸਟਰ ਐ ਇੱਕ ਮੇਰੀ ਧੀ ਥਾਣੇਦਾਰ ਨਾਲ ਵਿਆਹੀ ਐ ਮੇਰੀ ਦੂਜੀ ਧੀ ਦਾ ਘਰ ਵਾਲਾ ਫੌਜ ਕੈਪਟਨ ਹੈ ਮੇਰੀ ਛੋਟੀ ਕੁੜੀ ਕੈਨੇਡਾ ਚਲੀ ਗਈ ਮਰੀਮ ਤਾਂ ਕਦੋਂ ਦੀ ਮਰ ਗਈ ਤਿਆ ਕੁੜੇ ਹੁਣ ਤਾਂ ਮੈਂ ਭਗਵਾਨ ਘਰ ਹਾਂ ਜੱਥੇਦਾਰ ਨਹੀਂ ਮੇਰੇ ਸਾਹਮਣੇ ਤਾਂ ਪੁੱਤੋ ਖੁੱਲ ਕੇ ਹੱਸਦੀ ਰਹਿੰਦੀ ਸੀ ਪਰ ਮੈਂ ਜਾਣਦੀਆਂ ਤੀਵੀਆਂ ਦੇ ਮਨਾਂ ਨੂੰ ਮੈਨੂੰ ਪਤਾ ਹੈ ਉਹ ਢਿੱਡੋਂ ਨਹੀਂ ਸੀ ਹੱਸਦੀ ਹੁੰਦੀ ਮੇਰਾ ਜੀ ਕਰਦਾ ਹੁੰਦਾ ਸੀ ਉਹਨੂੰ ਪੁੱਛਾਂ ਹੁਣ ਕਦੇ ਅਬਾ ਮੀ ਯਾਦ ਨਹੀਂ ਆਏ ਪਰ ਡਰਦੀ ਮੈਂ ਪੁੱਛਦੀ ਨਾ ਦੇਖ ਲੈ ਪੁੱਤ ਅੱਜ ਦਸੇਦਾਰ ਨਹੀਂ ਭਗਵਾਨ ਕੌਰ ਵੀ ਤੁਰ ਗਈ। ਪੂਆ ਨੇ ਹੌਂਕਾ ਲਿਆ। ਫੇਰ ਪੁੱਛਿਆ ਦੇਖ ਤਾਂ ਪੁੱਤ ਕਿੱਥੇ ਕਾਉਂਦੇ ਆ ਲਈ। ਮੈਨੂੰ ਦੂਰ ਪਿੰਡ ਦੇ ਮੋੜ ਤੇ ਅਰਥੀ ਲਈ ਆਉਂਦੇ ਬੰਦਿਆਂ ਦਾ ਹਜੂਮ ਦਿਸਿਆ। ਅਜੇ ਦੂਰ ਐ ਪੂਆ ਮੈਂ ਦੱਸਿਆ। ਮੈਂ ਅਜੀਬ ਸੋਚਾਂ ਵਿੱਚ ਉਲਝ ਗਿਆ। ਕਿੱਥੇ ਹੋਣਗੇ ਇਹਦੇ ਅੱਬਾ? ਹੋਣਗੇ ਵੀ ਜਾਂ ਨਹੀਂ? ਕੀ ਪਤਾ ਕਿਸੇ ਕਾਫਲੇ ਨਾਲ ਜਾਂਦੇ ਰਾਹ ਵਿੱਚ ਕਤਲ ਹੋ ਗਏ ਹੋਣ। ਜੇ ਜਿਉਂਦੇ ਵੀ ਹੋਏ ਅਜ ਉਹਨਾਂ ਨੂੰ ਕੀ ਪਤਾ ਹੋਏਗਾ ਜਿਸ ਧੀ ਨੂੰ ਉਹ ਮਰ ਗਈ ਸਮਝ ਰਹੇ ਹੋਣਗੇ ਉਹਦਾ ਏਡਾ ਆਰ ਪਰਿਵਾਰ ਛੱਡ ਕੇ ਜਾ ਰਹੀ ਐ ਪੁੱਤ ਤੈਨੂੰ ਹੋਰ ਦੱਸਾਂ ਹੂਆ ਆਚਾਨਕ ਬੋਲੀ ਜਿਸ ਦਿਨ ਭਾਗੋ ਵਿਸੁਰਤ ਹੋਈ ਮੈਂ ਕੋਲ ਹੀ ਸੀ ਤਾਪ ਵੀ ਇੰਨਾ ਪੱਠੀ ਵਾਂਗ ਤਪੇ ਡਾਕਟਰਾਂ ਦਾ ਮੱਥੇ ਤੇ ਬਰਫ਼ ਦੀਆਂ ਪੱਟੀਆਂ ਰੱਖੋ ਮੈਂ ਪੱਟੀਆਂ ਰੱਖਦੀ ਸੀ ਇਹ ਅੱਖਾਂ ਮਿਚੀ ਨਢਾਲ ਪਈ ਸੀ ਪਈ ਪਈ ਇੱਕਦਮ ਬੜ ਬਣਾਉਣ ਲੱਗੀ ਉੱਚੀ ਉੱਚੀ ਅੱਬਾ ਮੈਨੂੰ ਰੱਸ ਨੇ ਫੜ ਲਿਆ ਮੈਨੂੰ ਰੱਸ ਖਿੱਚੀ ਲਈ ਜਾਂਦਾ ਹੈ ਅੱਬਾ ਕਿੱਥੇ ਐ ਤੂੰ ਨਹੀਂ ਫਾਤਿਮਾ ਮੈਂ ਮੂੰਹ ਚ ਡਿੱਗ ਪਈ ਨਹੀਂ ਮੇਰੇ ਮੂੰਹ ਚ ਪਾਣੀ ਪਾਈ ਜਾਂਦਾ ਮੈਂ ਨਹੀਂ ਜਾਣਾ ਛਿੜੀ ਚ ਰੱਸ ਮੈਨੂੰ ਛਿੜੀ ਚ ਲਈ ਜਾਂਦਾ ਹੈ ਮੇਰੇ ਸੂਲਾ ਵੱਜਣਗੀਆਂ ਵੇ ਫਿਰੋਜ਼ ਰੱਸ ਨੂੰ ਖੜੀ ਦੇ ਅੱਬਾ ਅੱਬਾ ਅਮੀ ਫਾਤਿਮਾ ਆਵੇ ਫਿਰੋਜ਼ ਨਾ ਮੇਰੀ ਕੋਈ ਗੱਲ ਹੀ ਸੁਣਦਾ ਨਹੀਂ ਮੈਂ ਹਾਕਾਂ ਮਾਰੀ ਜਾਂਨੀ ਐ ਕਿੱਥੇ ਗਏ ਸਾਰੇ ਜੇ ਫੇਰ ਉਹ ਬੇਹੋਸ਼ ਹੋ ਗਈ ਅਸੀਂ ਸਾਰਿਆਂ ਹੈਰਾਨ ਘਰ ਵਾਲੇ ਹੈਰਾਨ ਇਹ ਕੀ ਹੋ ਗਿਆ ਭਗਵਾਨ ਕਰਨ ਨੂੰ ਨਾ ਕੋਈ ਪੁੱਤ ਯਾਦ ਆਇਆ ਨਾ ਕੋਈ ਧੀ ਯਾਦ ਆਈ ਜਿਨ੍ਹਾਂ ਨੂੰ ਵਜਾਂ ਮਾਰੀ ਜਾਂਦੀ ਐ ਇੰਨੇ ਵੱਡੇ ਲਾਣੇ ਦੀ ਕਵੀਨਦਾਰੀ ਦਾ ਭਾਰ ਚੁੱਕੀ ਫਿਰਦੀ ਰਹੀ ਸਾਰੀ ਉਮਰ ਬੇਸਿਰਤ ਹੋਈ ਤਾਂ ਸੁਰਤੀ ਕਿਤੇ ਜਾ ਕੇ ਅੜ ਗਈ ਭੂਆ ਸੱਚਮੁੱਚ ਹੀ ਹੈਰਾਨ ਹੋਈ ਬੈਠੀ ਸੀ ਉਹਦੀ ਸਮਝ ਤੋਂ ਬਾਹਰ ਦੀਆਂ ਗੱਲਾਂ ਸਨ। ਭੂਆ ਤਾਈ ਫੇਰ ਬੋਲੀ ਨਹੀਂ ਕੁਛ। ਮੈਂ ਪੁੱਛਿਆ। ਬੋਲੀ ਸੀ ਪੁੱਤ ਭੂਆ ਬਹੁਤ ਹੀ ਉਦਾਸ ਹੋ ਗਈ। ਮਾੜੀ ਜਹੀ ਸੁਰਤ ਆਈ ਸੀ। ਕੋੜੀ ਉਵੇਂ ਹਾਕਾਂ ਮਾਰਦੀ ਰਹੀ। ਫਿਰ ਦੋ ਕਹਚਕੀਆਂ ਲਈਆਂ ਤੇ ਬਸ ਭੂਆ ਚੁੱਪ ਕਰ ਗਈ। ਭਾਰੀਆਂ ਅੱਖਾਂ ਪੂੰਝਣ ਲੱਗੀ। ਮੈਂ ਦੇਖਿਆ ਲੋਕ ਜਥੇਦਾਰ ਨਹੀਂ ਭਗਵਾਨ ਕੌਰ ਦੀ ਅਰਥੀ ਲੈ ਕੇ ਸਮਸ਼ਾਨ ਘਾਟ ਦੇ ਗੇਟ ਤੇ ਆ ਗਏ ਸਨ। ਦੋਸਤੋ ਇਹ ਸੀ ਕਹਾਣੀ ਜੰਦੀਵਾਰ ਦੀਆਂ ਹੱਕਾਂ ਜਿਸ ਨੂੰ ਬਲਦੇਵ ਸਿੰਘ ਨੇ ਲਿਖਿਆ ਅਤੇ ਇੱਕ ਕਿਤਾਬ ਲਾਹੌਰ ਕਿੰਨੀ ਦੂਰ ਹੈ ਵਿੱਚ ਦਰ ਹੈ